ਸਿਕਾ ਜੀ ਤੁਸੀਂ ਦੇਖ ਰਹੇ ਹੋ ਅਜੇ ਟੀਵੀ ਤੇ ਮੈਂ ਹਾਂ ਨਰ ਸਿੰਘ ਸਿੱਧੂ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਖੇਤੀਬਾੜੀ ਭਵਨ ਜਿੱਥੇ ਕਿ ਜਿਹੜਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈਗਾ ਕਿਉਂਕਿ ਜਿਹੜੇ ਨਰਮੇ ਦੀ ਬਿਜਾਈ ਸ਼ੁਰੂ ਹੋਣ ਲੱਗੀ ਹੈ ਇਸ ਨੂੰ ਲੈ ਕੇ ਉਨ੍ਹਾਂ ਬੀਜ ਜਿਹੜੇ ਜਾਂ ਰਿਹਾ ਸਪਰੇਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਰਮੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ कि किस तरह इन बीमारियों तो बचा रखना गा अते पहले ही जिहड़े सोधे हुए बी है जिहड़े वह बीजे जाण तुसीं देख रहे हो कि जिहड़े किसान वीर हैगे वह इत्थे पहुँच चुके हैगे अते खेतीबाड़ी एक बंदा डॉक्टर है जिहड़े वह भी पहुँच चुके हैं उन्हां वल्लों साथी लै के जिहड़े किसानां नूं जानकारी दित्ती जा रही हैगी कि उन्नत बीज बीजे जाण सोधे हुए बीज बीजे जाण तां जो जिहड़ियां लगण वालियां बीमारियां ये ना लग सकन क्योंकि जिवें पिछले बार गुलाबी सुंडी ने नरमे का भारी नुकसान किया सी अते झाड़ जिहड़ा बहुत ज़्यादा घट गया सी इसे नूं लै के जिहड़ा ये मेले लाए जा रहे हैगे तकरीबन जे देख लगे तां ये मेले आए साल ही लगदे हैगे अते यह मेले जिहड़े छोटे मेले है बठिंडा विखे दो मेले लगते है एक फसल के लिए क्योंकि इस बारे जानकारी दी जाती है अते बड़े मेले भी जिहड़े जिला पद्धर से भी लाए जाते हैं इसलिए इत्थे जिहड़ी डॉक्टर आए है माहर आए खेतीबाड़ी उन्हां वल्लों ये जानकारी दी गई है भी किस तरह रेह स्प्रे करनी है अते किस तरह यह बीमारियों तो बचाया जा सके ता जो चंगा झाड़ प्राप्त किया जा सके। मेरा नाम डॉक्टर पाखर सिंह मुख्य खेतीबाड़ी अफसर बठिंडा में अज ये साडा जिहड़ा कैंप है ये साल दे विच दो वारी असीं हाड़ी दियां फसलां दी तकनीकी जानकारी देण लई ते सौणी दियां फसलां दी तकनीकी जानकारी देण लई साल दे विच असीं दो वार जिला पद्धर दे कैंप लाउणे आ जिहदे विच लगभग साढ़े 1000 फार्मर की गैदरिंग हुंदी है वो फार्मर असीं जिहड़ियां नवीं टेक्नोलॉजी है नवी कोई तकनीक है साडे यूनिवर्सिटी के साइंटिस्ट साडे डिपार्टमेंट के KVK कोई भी वो फार्मर नूं टैक्नीकल नॉलेज दिंदे आ वी आने वाले समय से असीं अगलियां फसलों के इनू लाहेवंद बनाने लई कीड़े मकौड़ियां ते जां होर भी जिहड़ियां साडियां एग्रीकल्चर प्रैक्टिस है उहनूं किवें सुचज्जे ढंग नाल करना ये साडा मेन मकसद है। ਜਿਵੇਂ ਗੁਲਾਬੀ ਸੁੰਡੀ ਨਰਮੇ ਤੇ ਹਮੇਸ਼ਾ ਹਮਲਾ ਹੋ ਰਿਹਾ ਹੈਗਾ ਜੀ ਇਸ ਨੂੰ ਠੱਲ ਪਾਉਣ ਲਈ ਕਿਸ ਤਰ੍ਹਾਂ ਦੇ ਪ੍ਰੋਜੈਕਟ ਲਾਸਟ ਈਅਰ ਗੁਲਾਬੀ ਸੁੰਡੀ ਨੇ ਸਾਡੇ ਡਿਸਟ੍ਰਿਕਟ ਦੇ ਵਿੱਚ ਕਾਫੀ ਲਾਸ ਸਾਨੂੰ 60% ਲਾਸ ਹੋਇਆ ਉਹਦੇ ਰਿਗਾਰਡਿੰਗ ਸਰਕਾਰ ਵੱਲੋਂ ਔਰ ਮਹਿਕਮੇ ਵੱਲੋਂ ਕੀ ਹੈ ਵੀ ਅਸੀਂ ਸ਼ੁਰੂ ਤੋਂ ਹੀ ਜਿਹਨੂੰ ਪ੍ਰੀ ਮੈਨੇਜਮੈਂਟ ਕਹਿੰਦੇ ਹਾਂ ਅਸੀਂ ਪ੍ਰੀ ਮੈਨੇਜਮੈਂਟ ਲਈ ਹੁਣੇ ਤੋਂ ਜਿਹੜੀਆਂ ਛਟੀਆਂ ਪਈਆਂ ਹੋਈਆਂ ਜਿੱਥੋਂ ਉਹ ਪੀਪੋ ਦੇ ਲਾਰਵੇ ਨੇ ਆਉਣਾ ਔਰ ਪਤੰਗਾ ਬਣ ਕੇ ਨਿਕਲਣਾ ਔਰ ਨਰਮੇ ਦਾ ਨੁਕਸਾਨ ਕਰਨਾ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਦਸੰਬਰ ਤੋਂ ਅਸੀਂ ਲੱਗੇ ਹੋਏ ਹਾਂ ਅਸੀਂ ਉਹਦਾ ਜਿਹੜਾ ਪਹਿਲਾ ਸਟੈਪ ਹੈ ਉਹ ਛਟੀਆਂ ਦੀ ਮੈਨੇਜਮੈਂਟ ਦਾ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਟੈਕਨੀਕਲ ਗਾਈਡੈਂਸ ਹੋ ਰਹੀ ਹੈ ਪਿੰਕ ਬਾਲਵਾਰ ਨੂੰ ਖਤਮ ਕਰਨ ਦੇ ਲਈ ਉਹ ਅਸੀਂ ਅੱਜ ਇਸ ਕੈਂਪ ਵਿੱਚ ਵੀ ਦੱਸਾਂਗੇ ਔਰ ਅਸੀਂ ਸਾਡੇ ਜ਼ਿਲ੍ਹੇ ਦੇ ਅਸੀਂ 45 ਟੀਮਾਂ ਬਣਾਈਆਂ ਹੋਈਆਂ ਪਿੰਡ ਪੱਧਰ ਦੀਆਂ 7 ਟੀਮਾਂ ਬਣਾਈਆਂ ਹੋਈਆਂ ਅਸੀਂ ਬਲਾਕ ਪੱਧਰ ਦੀਆਂ ਅਤੇ 5 ਟੀਮਾਂ ਬਣਾਈਆਂ ਹੋਈਆਂ ਅਸੀਂ ਜ਼ਿਲ੍ਹੇ ਪੱਧਰ ਦੀਆਂ ਹਰ ਅਸੀਂ ਇੱਕ ਇੰਪਲਾਈ ਨੂੰ ਅਸੀਂ 2-2 ਪਿੰਡ ਦਿੱਤੇ ਹੋਏ ਹੈ ਵੀ ਡੋਰ ਟੂ ਡੋਰ ਜਾ ਕੇ ਕਿਸਾਨਾਂ ਨੂੰ ਪਿੰਕ ਬਾਲਵਰਮ ਦੇ ਹੋਣ ਵਾਲੇ ਨੁਕਸਾਨ ਜਿਹੜਾ ਕਿ ਪਿਛਲੇ ਸਾਲ ਅਚਨਚੇਤ ਹੋ ਗਿਆ ਉਦੋਂ ਸਰ ਅਸੀਂ ਅਵੇਅਰ ਨਹੀਂ ਸੀ ਉਹ ਸਾਨੂੰ ਪਤਾ ਹੀ ਨਹੀਂ ਸੀ ਇਲਮ ਨਹੀਂ ਸੀ ਵੀ ਇਸ ਕੀੜੇ ਨੇ ਇੱਕਦਮ ਇੰਨਾ ਕੁ ਪਣਕ ਪੈਣਾ ਅਤੇ ਸਾਡਾ ਨੁਕਸਾਨ ਹੋ ਜਾਣਾ ਉਹਦੇ ਸੰਦਰਭ ਦੇ ਵਿੱਚ ਅਸੀਂ ਹਰ ਇੱਕ ਬੰਦੇ ਨੂੰ ਸਾਡੇ ਇੰਪਲਾਈ ਨੂੰ 2-2 ਪਿੰਡ ਦਿੱਤੇ ਹੋਏ ਹੈ ਉਹ 2-2 ਪਿੰਡ ਦੀ ਅਸੀਂ ਹਰ ਹਫ਼ਤੇ ਰਿਪੋਰਟ ਲੈਂਦੇ ਹਾਂ ਉਸ ਤੋਂ ਸਿਵਾਏ ਜਿਹੜਾ ਸਭ ਤੋਂ ਔਖਾ ਟਾਸਕ ਸੀ ਵੀ ਜੇ ਨਰਮਾ ਉਗਾਉਣਾ ਔਰ ਨਰਮੇ ਦੀ ਉਪਜ ਵਧੀਆ ਲੈਣੀ ਹੈ ਉਹ ਗੁਲਾਬੀ ਸੁੰਡੀ ਤੋਂ ਬਚਾਉਣਾ ਹੈ ਤਾਂ ਪਹਿਲਾ ਸਟੈਪ ਸਾਡਾ ਸਾਇੰਟਿਸਟਾਂ ਦੇ ਮੁਤਾਬਕ ਜਿਹੜੀਆਂ ਛਟੀਆਂ ਵੇਸਟ ਪਈਆਂ ਉਹਨਾਂ ਦੇ ਜਿਹੜੇ ਅਣਖਿੜੇ ਟੀਂਡੇ ਹੈ ਟੀਂਡੇ ਦੇ ਵਿੱਚ ਉਹ ਸਾਡਾ ਲਾਰਵਾ ਪਿਆ ਉਹ ਲਾਰਵਾ ਪੀਪਾ ਬਣੂਗਾ ਪੀਪਾ ਤੋਂ ਸਾਡਾ ਅਡਲਟ ਬਣੂਗਾ ਉਹਦੇ ਲਈ ਅਸੀਂ ਮੈਨੇਜਮੈਂਟ ਕਰ ਰਹੇ ਹਾਂ ਅਸੀਂ DC ਸਾਹਿਬ ਨੇ ਸਾਨੂੰ ਵਿਸ਼ਵਾਸ ਦਿਆ ਜਿਸੀਂ ਨਰੇਗਾ ਸਕੀਮ ਦੀ ਹੈਲਪ ਲੈ ਕੇ ਪਿੰਡਾਂ ਦੇ ਸਰਪੰਚ ਕੋਆਪਰੇਟਿਵ ਸੁਸਾਇਟੀਆਂ ਔਰ ਜਿੰਨੇ ਕੋਈ NGO ਹੈਗੇ ਆ ਉਹ ਅਸੀਂ ਸਾਡਾ ਆਪਦਾ ਮਹਿਕਮਾ ਸਾਰੇ ਅਸੀਂ ਰਲ ਮਿਲਾ ਕੇ ਪਹਿਲਾ ਸਟੈਪ ਹੈ ਜਿਹੜਾ ਉਹ ਕਰ ਰਹੇ ਹਾਂ ਵੀ ਛਟਕਾ ਖਤਮ ਕੀਤਾ ਜਿਵੇਂ ਕੋਟਨ ਮਿਲਣਾ ਜੀ ਹਾਂਜੀ ਅਸੀਂ ਖਤਮ ਕੀਤਾ ਜਾਂਦਾ ਜੀ ਸਾਡੇ ਜ਼ਿਲ੍ਹੇ ਦੇ ਵਿੱਚ 24-25 ਜਿੰਨੇ ਕੁ ਫੈਕਟਰੀ ਹੈ
12 ਕ ਮਤਲਬ ਆਇਲ ਐਕਸਟ੍ਰੈਕਟ ਜਿਹੜੇ ਤੇਲ ਕੱਢਦੇ ਆ ਹਾਈ ਬਿਲਕੁਲ ਛੋਟੀ ਗੱਲ ਸਹੀ ਹੈ ਵੀ ਉਸ ਦੇ ਵਿੱਚ ਜਿਹੜੇ ਵੜੇਵੇ ਆ ਜਾਂ ਕੋਈ ਵੇਸਟ ਪ੍ਰੋਡਕਟ ਪਿਆ ਹੋਇਆ ਉਹਦੇ ਵਿੱਚ ਵੀ ਉਹ ਜਿਹੜੀ ਲਾਰਵਾ ਸਾਡਾ ਹੈਗਾ ਅਸੀਂ ਸ਼ੁਰੂ ਤੋਂ ਹੀ ਦਸੰਬਰ ਤੋਂ ਲੈ ਕੇ ਸਾਰੇ ਦਿਨ ਦੀ ਮੀਟਿੰਗ ਖਤਮ ਮੀਟਿੰਗ ਕਰ ਲਈਆਂ ਹਾਈ ਲੈਵਲ ਤੇ ਅਸੀਂ ਹਫਤੇ ਵਿੱਚ 2 ਵਾਰੀ ਉਹਨਾਂ ਨਾਲ ਮੇਲ ਮਿਲਾਪ ਕਰਕੇ ਉਹਦੀ ਰਿਪੋਰਟ ਵੀ ਗਾਹ ਜਾਂਦੀ ਹੈ ਵੀ ਸਾਡੀ ਕੀ ਪੋਜੀਸ਼ਨ ਹੈ ਕੱਲ ਦੀ ਡੇਟ ਤੱਕ ਅਸੀਂ ਦੇਖਿਆ ਵੀ ਸਾਡੀਆਂ 17 ਮਿੱਲਾਂ ਦੇ ਵਿੱਚੋਂ 9 ਮਿੱਲਾਂ ਇਸ ਤੱਕ ਗਏ ਜਿਨ੍ਹਾਂ ਦੇ ਵਿੱਚ ਕੋਈ ਵੀ ਉਹ ਕਹਿੰਦੇ ਪਿਛਲੀ ਵਾਰੀ ਨਰਮਾ ਘੱਟ ਹੋਣੇ ਕਰਕੇ ਸਾਡੇ ਕੋਲ ਵੇਸਟੇਜ ਹੈ ਹੀ ਨਹੀਂ ਸਾਡੇ ਕੋਲ ਮਟੀਰੀਅਲ ਹੀ ਹੈ ਨਹੀਂ ਦੂਸਰੇ ਕੀ ਕਰਦੇ ਆ ਦੂਸਰਾ ਵੀ ਸਾਨੂੰ ਉਹਨਾਂ ਨੇ ਕਿਹਾ ਵੀ ਅਸੀਂ ਨਰਮੇ ਦੀ ਬਿਜਾਈ ਤੋਂ ਪਹਿਲਾਂ ਸਾਡੀਆਂ ਸਾਰੀਆਂ ਮਿੱਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਟੀਰੀਅਲ ਨਹੀਂ ਹੋਊਗਾ ਜਿਹੜਾ ਤੁਹਾਨੂੰ ਮਿਲੇ ਫਿਰ ਵੀ ਅਸੀਂ ਕੀ ਕਰ ਰਹੇ ਹਾਂ ਉਸ ਮਿੱਲ ਦੇ ਵਿੱਚੋਂ ਉਸ ਵੇਸਟ ਚੰਗਾ ਬਣ ਕੇ ਕਿਸਾਨਾਂ ਦੀ ਫਸਲ 'ਤੇ ਨੁਕਸਾਨ ਨਾ ਕਰੇ ਸਾਡੇ ਇੱਕ ਫਿਰੋਮਨ ਟ੍ਰੈਪਸ ਹੁੰਦੇ ਆ ਉਹ ਅਸੀਂ ਹਰੇਕ ਮਿੱਲ ਦੇ ਵਿੱਚ ਇੱਕ ਇੱਕ 2-2 ਲਵਾਏ ਹੋਏ ਆ ਜਿਹ 'ਚ ਸਾਨੂੰ ਇੰਡੀਕੇਸ਼ਨ ਮਿਲਦੀ ਹੈ ਉਹ 'ਚ ਲਿਊਰ ਹੁੰਦਾ ਉਹ ਪਤੰਗਾ ਉਹਦੇ ਵਿੱਚ ਹੀ ਆਉਂਦਾ ਉਹ 'ਚ ਸਾਨੂੰ ਇੰਡੀਕੇਸ਼ਨ ਮਿਲ ਜਾਂਦੀ ਹੈ ਵੀ ਇਸ ਮਿੱਲ ਦੇ ਵਿੱਚ ਕਿੰਨਾ ਕੁ ਮਤਲਬ ਕੋਈ ਲਾਰਵਾ ਪੀਪਾ ਪਣਪੇ ਉਹ ਸਾਨੂੰ ਹਜੇ ਤੱਕ ਕੋਈ ਉਹਦੀ ਬਹੁਤੀ ਤਦਾਦ ਨਹੀਂ ਆ ਰਹੀ ਔਰ ਸਾਨੂੰ ਇਹ ਲੱਗਦਾ ਵੀ ਐਤਕੀ ਫਸਟ ਵੀਕ ਆਫ ਅਪ੍ਰੈਲ ਤੱਕ ਸਾਡੀਆਂ ਜਿੰਨੀਆਂ ਮਿੱਲਾਂ ਉਹਨਾਂ ਵਿੱਚ ਮਟੀਰੀਅਲ ਹੈ ਹੀ ਨਹੀਂ ਜਿਵੇਂ ਤੁਸੀਂ ਇੰਸਟਰੂਮੈਂਟ ਲਾਏ ਸੀਗੇ ਫੈਕਟਰੀਆਂ 'ਚ ਹਾਂਜੀ ਪਿਛਲੇ ਵਾਰੀ ਦੇਖਿਆ ਗਿਆ ਸੀ ਉਹ ਅਧੂਰੇ ਸੀ ਅਤੇ ਉਹੀ ਤੰਗੀ ਪਈ ਸੀਗੀ ਨਹੀਂ ਜੀ ਨਹੀਂ ਉਹ ਤਾਂ ਇੱਕ ਕਹਿ ਲਓ ਇੱਕ ਫੈਕਟਰੀ 'ਚ ਇੱਕ ਹੀ ਬਹੁਤ ਹੈ ਉਹਦੇ 'ਚ ਤਾਂ ਅਸੀਂ ਹੁਣ ਕੀ ਆ ਸਾਡਾ ਬੰਦਾ ਜਿੱਥੇ ਕੰਸਲਟ ਹੈਗਾ ਬਲਾਕ ਦੀ ਟੀਮ ਅਤੇ ਜਿਹੜਾ ਉਹ ਬੰਦਾ ਹਰ ਤੀਜੇ ਦਿਨ ਜਾਂਦਾ ਉਹਦੇ 'ਚੋਂ ਪਤੰਗੇ ਦਾ ਪਤਾ ਲੱਗ ਜਾਂਦਾ ਵੀ ਕੋਈ ਆਇਆ ਪਤੰਗਾ ਕਿ ਨਹੀਂ ਆ ਉਹ ਵੇਸਟੇਜ ਵਾਲੀ ਗੱਲ ਨਹੀਂ ਜੀ ਅਸੀਂ ਉੱਥੇ ਪ੍ਰੋਪਰ ਐਤਕੀ ਕਰ ਰਹੇ ਹਾਂ ਕਿਉਂਕਿ ਪਿਛਲੀ ਵਾਰੀ ਜਿਹੜਾ ਨੁਕਸਾਨ ਹੋਇਆ ਸਾਡੇ ਹਰਕ ਦੇ ਦਬਾਅ 'ਚ ਹੈ ਵੀ ਕਿਸਾਨ ਦਾ ਉਹ ਨੁਕਸਾਨ ਨਾ ਹੋਵੇ ਅਸੀਂ ਪਹਿਲਾਂ ਕੰਟਰੋਲ ਕਰ ਜਿਵੇਂ ਪਿਛਲੇ ਸਾਲ ਇੱਕ ਫੈਕਟਰੀ ਵਿੱਚੋਂ ਬਹੁਤ ਜ਼ਿਆਦਾ ਲਾਰਵਾ ਫੜਿਆ ਗਿਆ ਸੀਗਾ ਉਹਨੇ ਦੱਬਿਆ ਵੀ ਸੀਗਾ ਰੋਲਾ ਪੈਂਟ 'ਤੇ ਉਸ ਤੋਂ ਬਾਅਦ ਕਿਹਾ ਸੀਗਾ ਵੀ ਉਹ 'ਤੇ ਕਾਨੂੰਨੀ ਕਾਰਵਾਈ ਕਰਾਂਗੇ ਉਹਦੇ 'ਤੇ ਕੋਈ ਹੋਈ ਜੋਧਪੁਰ ਵਾਲੀ 'ਤੇ ਅਤੇ ਜੋਧਪੁਰ ਮਾਨ 'ਤੇ ਕਾਨੂੰਨੀ ਕਾਰਵਾਈ ਦੀ ਤਾਂ ਖਰ ਮੈਰੀ ਤਾਂ ਪੋਸਟ ਉਦੋਂ ਬਾਅਦ ਹੋਈ ਹੈ ਬਟ ਉਸ ਫੈਕਟਰੀ ਦੇ ਵਿੱਚ ਮਟੀਰੀਅਲ ਕੁਛ ਹੋ ਸਕਦਾ ਹੋਵੇ ਉਹ ਨਾ ਉਹ ਅਵੇਅਰ ਸੀ ਨਾ ਮਤਲਬ ਹਜੇ ਤੱਕ ਕੋਈ ਮਹਿਕਮਾ ਇੰਨਾ ਅਵੇਅਰ ਸੀ ਵੀ ਇੰਨਾ ਇੱਥੋਂ ਵੀ ਇੰਨਾ ਹੋ ਸਕਦਾ ਬਟ ਉੱਥੇ ਲਾਰਵਾ ਪੀਪਾ ਸਾਨੂੰ ਮਿਲਿਆ ਸੀ ਉਹਨੂੰ ਉਸ ਫੈਕਟਰੀ 'ਚ ਇੱਦੂ ਪਹਿਲਾਂ 10 ਵਾਰੀ ਇਕੱਲੀ ਕ੍ਰਿਸ਼ਨਾ ਫੈਕਟਰੀ ਹੈ ਉਹਨੂੰ ਅਸੀਂ 10 ਵਾਰੀ ਵਿਜਿਟ ਕਰ ਲਿਆ ਉਹਨਾਂ ਦਾ ਅੱਜ ਦੀ ਡੇਟ 'ਚ ਮਟੀਰੀਅਲ ਖਤਮ ਸਾਡੇ ਸੈਕਟਰੀ ਐਗਰੀਕਲਚਰ ਵੀ ਆਏ ਸੀ ਉਹਨਾਂ ਨੂੰ ਵਿਸ਼ੇਸ਼ ਦੀ ਵਿਜਿਟ ਕਰਾਈ ਜਿਹੜੇ ਸਾਡੇ ਪਿਛਲੇ ਸਾਲ ਦੇ ਬਰਨਿੰਗ ਸਪਾਟ ਸੀ ਉਹਨਾਂ 'ਤੇ ਅਸੀਂ ਖਾਸ ਨਿਗਾਹ ਰੱਖ ਰਹੇ ਹਾਂ ਵੀ ਉੱਥੋਂ ਸਾਨੂੰ ਕੋਈ ਪੀਪਾ ਵਗੈਰਾ ਲਾਰਵਾ ਪੀਪਾ ਮਿਲੇ ਅਤੇ ਅਸੀਂ ਖਤਮ ਬਹੁਤ ਚੰਗਾ ਆਮ ਕਿਸਾਨ ਖਾਤਰ ਜਿਹਨੂੰ ਨਹੀਂ ਜਾਣਕਾਰੀ ਦੇਣ ਗੱਲ ਨਾਲ ਨੌਲੇਜ ਮਿਲਦੀ ਹੈ ਉਹ ਕਿਤੇ ਕੁਦਰਤ ਕਹਿੰਦਾ ਹੋ ਜਾਂਦਾ ਹਰੇਕ ਵਾਰੀ ਤਾਂ ਨਹੀਂ ਖੇਤੀਬਾੜੀ ਨੇ ਬਹੁਤ ਉਦਮ ਕਰੇ ਵੀ ਹੈ ਬਹੁਤ ਚੰਗੀਆਂ ਵੀ ਆਏ ਨਰਮੇ ਹੋਏ ਵੀ ਚੰਗੀਆਂ ਕਣਕਾਂ ਜਦੋਂ ਦਾ ਮੈਂ ਉਦੋਂ ਦਾ ਖੇਤੀ ਕਰਦਾ ਜਦੋਂ 20 ਮਤਲਬ ਕਿਲੋ 20 ਪੈਂਦਾ ਸੀ ਅਤੇ 20-25 ਮਣ ਕਣਕ ਦਿੱਤੀ ਸੀ ਅਤੇ ਅੱਜ 70 ਮਣ ਕਣਕ ਵੀ ਮੈਂ ਆਹੀ ਕਿਸਾਨ ਕੱਢਣ ਲੱਗ ਗਿਆ ਕੁਝ ਸਰਕਾਰਾਂ ਨੇ ਪਾਣੀਆਂ ਦੇ ਸਾਧਨ ਕਿਤੇ ਕੋਈ ਬੀਜ ਚੰਗੇ ਆਏ ਅਤੇ ਇਹਦੇ ਵਿੱਚ ਬਹੁਤ ਉਪਰਾਲਾ ਚੰਗਾ ਹੈ ਸਰਕਾਰ ਦਾ ਕੁਛ ਦੇਖਣ ਨੂੰ ਮਿਲਿਆ ਬਹੁਤ ਵਧੀਆ ਜਿਹੜਾ ਕੋਈ ਸੰਦ ਆ ਇਹਨਾਂ ਦਾ ਵੀ ਬਹੁਤ ਵਧੀਆ ਸੋਧ ਕਰੀ ਵੀ ਹੈ ਬੀਜ ਆ ਸਾਰੇ ਬਹੁਤ ਵਧੀਆ ਅਤੇ ਜੇ ਟਾਈਮ ਨਾਲ ਦੱਸਣਗੇ ਆਪਾਂ ਨੂੰ ਵੀ ਆਹ ਇਸ ਤਰੀਕਾ ਨੂੰ ਬੀਜਣਾ ਆਹ ਇਸ ਤਰੀਕਾ ਨੂੰ ਬੀਜਣਾ ਇਹਦੇ ਵਿੱਚ ਬਹੁਤ ਚੰਗੀ ਸੇਧ ਆ ਜ਼ਿਮੀਂਦਾਰ ਨੂੰ ਛੋਟੇ ਨੂੰ ਕਿਸਾਨ ਨੂੰ ਸਾਰਾ ਪਤਾ ਲੱਗਦਾ ਵੀ ਇਹਨੂੰ ਕਿਵੇਂ ਬੀਜੋ ਕਿਵੇਂ ਵੱਢੋ ਕਿਹੜੀ ਸਪਰੇ ਕਰੋ ਠੀਕ ਹੈ ਨਾ ਇਹ ਸਮੇਂ ਵੱਧ ਤੋਂ ਵੱਧ ਲਾਏ ਜਾਣ ਤਾਂ ਮੇਲੇ ਸਭ ਨੂੰ ਪਤਾ ਲੱਗੇ ਜਿਵੇਂ ਇਹ ਮੰਡੀ ਆਉਣ ਵਾਲੀ ਹੈ ਹੋਰ ਠੀਕ ਹੈ ਨਾ ਜੀ ਬਠਿੰਡਾ ਤੋਂ ਅਜੀਤ ਟੀਵੀ ਲਈ ਨਾਜ਼ਰ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ